ਸ਼੍ਰੋਮਣੀ ਅਕਾਲੀ ਦਲ ਬੜੀ ਕੁਰਬਾਨੀ ਵਾਲੀ ਪਾਰਟੀ ਆ। ਬਹੁਤ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਹੀ ਹੋਂਦ ਵਿੱਚ ਆਈ ਆ ਅਤੇ 1920 ਦੀ ਜਿਹੜੀ ਭਾਵਨਾ ਸਾਡੀ ਸੰਵਿਧਾਨ ਸਾਡਾ ਬਣਿਆ ਸੀ ਉਹਨੂੰ ਲੈ ਕੇ ਕਿਵੇਂ ਅਸੀਂ ਪਾਰਟੀ ਨੂੰ ਮਜ਼ਬੂਤ ਕਰ ਸਕਦੇ ਹਾਂ ਅਤੇ ਕਿਵੇਂ ਇਹ ਜਿਹੜਾ ਪਰਿਵਾਰ ਦਾ ਨਜਾਇਜ਼ ਕਬਜ਼ਾ ਵਾ ਇਹਨੂੰ ਅਸੀਂ ਸਿੱਧਾ ਸਕਦੇ। ਅਕਾਲ ਤਖਤ ਸਾਹਿਬ ਦੀ ਮਾਨ ਮਰਯਾਦਾ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ। ਉਹਦੇ ਜ਼ਿੰਮੇਵਾਰ ਇਹ ਜੋ ਮੌਕੇ ਦੇ ਉੱਤੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਸਾਰਾ ਪਰਿਵਾਰ ਜ਼ਿੰਮੇਵਾਰ ਨੇ। ਸ਼੍ਰੋਮਣੀ ਅਕਾਲੀ ਦਲ ਜੋ ਕਿ 1920 ਦੇ ਵਿੱਚ ਹੋਂਦ ਵਿੱਚ ਆਏ ਸੀ ਤੇ ਹੁਣ ਇਸ ਪਾਰਟੀ ਨੂੰ 99 ਸਾਲ ਪੂਰੇ ਹੋ ਚੁੱਕੇ ਨੇ, ਜਿਸ ਨੂੰ ਲੈ ਕੇ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਰਖਵਾਏ ਗਏ ਤੇ ਅੱਜ ਯਾਨੀ ਕਿ 14 ਦਸੰਬਰ ਨੂੰ ਭੋਗ ਪਾਇਆ ਜਾਣਾ ਤੇ 1 ਸਾਲ ਬਾਅਦ ਇਹ ਪਾਰਟੀ 100 ਸਾਲ ਦੀ ਹੋ ਜਾਣੀ ਹੈ। ਪਰ ਇਸ ਦੇ ਚੱਲਦੇ ਹੁਣ ਸ਼੍ਰੋਮਣੀ ਅਕਾਲੀ ਦਲ ਖਤਰੇ ਦੀ ਲੀਹ ਤੇ ਚੱਲ ਰਹੀ ਹੈ ਕਿਉਂਕਿ ਪਾਰਟੀ ਦੇ ਕਈ ਦਿੱਗਜ ਨੇਤਾ ਪਾਰਟੀ ਚੋਂ ਬਾਹਰ ਨਿਕਲ ਚੁੱਕੇ ਨੇ। ਇਸੇ ਤਰ੍ਹਾਂ ਸੁਖਦੇਵ ਸਿੰਘ ਢੀਂਡਸਾ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਤੇ ਹੁਣ ਸੁਖਦੇਵ ਸਿੰਘ ਢੀਂਡਸਾ ਪਾਰਟੀ ਖਿਲਾਫ ਖੁੱਲ ਕੇ ਬੋਲ ਰਹੇ ਨੇ। ਢੀਂਡਸਾ ਨੇ ਕਿਹਾ ਕਿ 1920 ਵਿੱਚ ਜਿਸ ਮਕਸਦ ਨਾਲ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਸੀ ਉਸ ਮਕਸਦ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਮਿਲ ਕੇ ਬਰਬਾਦ ਕਰ ਦਿੱਤਾ। ਕੱਲ ਸਾਡੀ ਮੀਟਿੰਗ ਹੈ, ਕੱਲ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ, ਜਿਸ ਤਰ੍ਹਾਂ ਦੇ ਉਹ ਪੁਰਾਣੇ ਜਿਸ ਮਕਸਦ ਲਈ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਉਹ ਸਾਰੇ ਸਿੱਕੇ ਅਤੇ ਟੰਕੇ ਉਹਨੂੰ ਬਿਲਕੁਲ ਰੋਲ ਦਿੱਤਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਪ੍ਰਬੰਧਕ ਕਮੇਟੀ। ਇਹਨਾਂ ਲਈ ਇਹਨਾਂ ਨੂੰ ਕੱਲ੍ਹ ਅਸੀਂ ਸਾਰੇ ਮਿਲ ਕੇ ਵਿਚਾਰ ਕਰ ਰਹੇ ਹਾਂ ਕਿ ਇਹਨਾਂ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਔਰ ਅੱਗੇ ਕੀ ਪ੍ਰੋਗਰਾਮ ਹੈ ਉਹ ਵੀ ਅਸੀਂ ਕੱਲ੍ਹ ਨੂੰ ਤੈਅ ਕਰਾਂਗੇ। ਕੱਲ੍ਹ ਬਹੁਤ ਵੱਡਾ ਦਿਨ ਆ, ਸੁਖਬੀਰ ਬਾਦਲ ਨੂੰ ਫਿਰ ਪ੍ਰਧਾਨ ਬਣਾਇਆ ਜਾ ਸਕਦਾ ਜੀ? ਇਹ ਤਾਂ ਉਹ ਦੱਸਣਗੇ, ਅਸੀਂ ਤਾਂ ਸਾਡਾ ਤਾਂ ਅਸੀਂ ਤਾਂ 99 ਸਾਲਾਂ ਸਥਾਪਨਾ ਦਿਵਸ ਮਨਾਉਣ ਲਈ ਇਕੱਠੇ ਹੋਏ ਹਾਂ ਅਤੇ ਉਹ ਕੱਲ੍ਹ ਨੂੰ ਮਨਾਉਣਾ ਅਤੇ ਉਹ ਤਾਂ ਵਿਚਾਰਾਂ ਹੋਣੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕੇ। ਉੱਥੇ ਹੀ ਅਕਾਲੀ ਦਲ ਟਕਸਾਲੀ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲਾਂ ਖਿਲਾਫ਼ ਜੰਮ ਕੇ ਭੜਾਸ ਕੱਢਦੇ ਹੋਏ ਸ਼ਬਦੀ ਹਮਲੇ ਕੀਤੇ। ਕੱਲ੍ਹ ਸਾਡਾ 99 ਸਾਲ ਪੂਰੇ ਹੋ ਜਾਣੇ ਆ ਸ਼੍ਰੋਮਣੀ ਅਕਾਲੀ ਦਲ ਬਣਿਆ ਨੂੰ ਅਤੇ ਇੱਕ ਵਾਰੀ ਬਾਅਦ 100 ਸਾਲ ਦਾ ਅਕਾਲੀ ਦਲ ਇਹ ਲਾਈਫ ਜਿਹੜੀ ਹੋ ਜਾਣੀ। ਸ਼੍ਰੋਮਣੀ ਅਕਾਲੀ ਦਲ ਬੜੀ ਕੁਰਬਾਨੀ ਵਾਲੀ ਪਾਰਟੀ ਆ, ਬਹੁਤ ਵੱਡੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਹੀ ਹੋਂਦ ਵਿੱਚ ਆਈ ਆ ਔਰ ਬਹੁਤ ਲੰਮੀ ਉਮਰ ਇਹਨਾਂ ਨੇ ਭੋਗੀ ਆ। ਤੋ ਅੱਜ ਜੋ ਹਾਲਾਤ ਨੇ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਗਿਰਾਵਟ ਆਈ ਆ, ਸ਼੍ਰੋਮਣੀ ਕਮੇਟੀ ਦਾ ਸਿਆਸੀਕਰਨ ਕਰ ਲਿਆ, ਅਕਾਲ ਤਖਤ ਸਾਹਿਬ ਦੀ ਮਾਨ ਮਰਯਾਦਾ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ। ਉਹਦੇ ਜ਼ਿੰਮੇਵਾਰ ਇਹ ਜੋ ਮੌਕੇ ਦੇ ਉੱਤੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਸੁਖਬੀਰ ਸਿੰਘ ਬਾਦਲ ਸਾਰਾ ਪਰਿਵਾਰ ਜ਼ਿੰਮੇਵਾਰ ਨੇ ਇਹਨਾਂ ਸਾਰੀਆਂ ਗੱਲਾਂ ਦੇ। ਇਹਨਾਂ ਨੂੰ ਵੇਖ ਕੇ ਜਿਹੜੇ ਹਮਖਿਆਲੀ ਲੋਕ ਨੇ ਉਹ ਅਸੀਂ ਸਾਰੇ ਕੱਲ੍ਹ ਸਥਾਪਨਾ ਦੇ ਸਾਡਾ ਜਿਹੜਾ ਉੱਥੇ ਇਕੱਠੇ ਹੋ ਰਹੇ ਹਾਂ, ਵਿਚਾਰ ਕਰਾਂਗੇ ਕਿ 1920 ਦੀ ਜਿਹੜੀ ਭਾਵਨਾ ਸਾਡੀ ਸੰਵਿਧਾਨ ਸਾਡਾ ਬਣਿਆ ਸੀ ਉਹਨੂੰ ਲੈ ਕੇ ਕਿਵੇਂ ਅਸੀਂ ਪਾਰਟੀ ਨੂੰ ਮਜ਼ਬੂਤ ਕਰ ਸਕਦੇ ਹਾਂ ਅਤੇ ਕਿਵੇਂ ਇਹ ਜਿਹੜਾ ਪਰਿਵਾਰ ਦਾ ਨਜਾਇਜ਼ ਕਬਜ਼ਾ ਵਾ ਇਹਨੂੰ ਅਸੀਂ ਸਿੱਧਾ ਸਕਦੇ। ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਨੇਤਾ ਸੁਖਦੇਵ ਸਿੰਘ ਢੀਂਡਸਾ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਨੇ ਤੇ ਨਾਲ ਹੀ ਉਹਨਾਂ ਦੇ ਬੇਟੇ ਪਰਮਿੰਦਰ ਢੀਂਡਸਾ ਵੀ ਹੁਣ ਅਕਾਲੀ ਦਲ 'ਚ ਕਿਤੇ ਨਜ਼ਰ ਨਹੀਂ ਆ ਰਹੇ, ਜਿਸ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਅਕਾਲੀ ਦਲ ਦੇ ਦੋਨੋਂ ਲੀਡਰ ਅਕਾਲੀ ਪਾਰਟੀ ਨੂੰ ਬਾਏ ਕਰ ਚੁੱਕੇ ਨੇ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ। ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।